ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਅਤੇ ਹਰ ਵੀਕ ਜਿਵੇਂ ਅਸੀਂ ਰੀਅਲ ਅਸਟੇਟ ਐਡਵਾਈਸ ਤੁਹਾਡੇ ਲਈ ਲੈ ਕੇ ਆਉਂਦੇ ਸੀਗੇ, ਅਤੇ ਹੁਣ ਸਾਡੇ ਸਾਰੇ ਵਿਊਰਸ ਲਈ ਅਸੀਂ ਲੈ ਕੇ ਆਏ ਹਾਂ ਮੋਰਟਗੇਜ ਦੀ ਐਡਵਾਈਸਿਸ ਕਿ ਜਦ ਤੁਸੀਂ ਆਪਣੇ ਸੁਪਨਿਆਂ ਦਾ ਘਰ ਲੈਣ ਦੀ ਸੋਚਦੇ ਹੋ ਤਾਂ ਸਭ ਤੋਂ ਪਹਿਲਾਂ ਉੱਠ ਕੇ ਜਦ ਸਵੇਰੇ ਤੁਸੀਂ ਉਸ ਡਰੀਮ ਹਾਊਸ ਨੂੰ ਵੇਖਣਾ ਚਾਹੁੰਦੇ ਹੋ ਜਾਂ ਫਿਰ ਉਸ ਡਰੀਮ ਹਾਊਸ ਨੂੰ ਤੁਸੀਂ ਆਪਣੇ ਸੁਪਨਿਆਂ ਦੇ ਵਿੱਚ ਵੀ ਵੇਖਦੇ ਹੋ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ। ਅੱਜ ਇਸ ਸ਼ੋਅ ਦੇ ਤਹਿਤ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਕਰਨਾ ਹੁੰਦਾ ਔਰ ਤੁਹਾਡਾ ਜਿਹੜਾ ਸੁਪਨਿਆਂ ਦਾ ਘਰ ਆ ਉਹ ਸਾਕਾਰ ਕਿਵੇਂ ਹੋਏਗਾ। ਤੁਹਾਨੂੰ ਮਿਲ ਤਾਂ ਗਿਆ, ਤੁਸੀਂ ਪਸੰਦ ਵੀ ਕਰ ਲਿਆ, ਲੇਕਿਨ ਉਹਨੂੰ ਲਓਗੇ ਕਿਵੇਂ? ਤੁਹਾਡੇ ਕੋਲ ਲੋਨ ਹੈ? ਅਗਰ ਨਹੀਂ ਹੈ, ਤੁਹਾਡੇ ਕੋਲ ਪ੍ਰੀ ਅਪਰੂਵਲ ਹੈ? ਨਹੀਂ ਹੈ। ਤੁਹਾਡੇ ਕੋਲ ਕੋਈ ਹੋਰ ਦਿੱਕਤ ਆ ਰਹੀ ਹੈ? ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ? ਕੋਈ ਗੱਲ ਨਹੀਂ, ਅੱਜ ਇਸ ਸ਼ੋਅ ਦੇ ਤਹਿਤ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵਿਦ ਵਨ ਐਂਡ ਓਨਲੀ ਹਰਮਨ ਸਿੰਘ ਜੀ ਫਰੋਮ ਓਮਨੀ ਮੋਰਟਗੇਜ। ਹਰਮਨ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਔਰ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰੇ ਲੋਕਾਂ ਨੂੰ, ਸਾਰੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਆਪਣੀ ਕੰਪਨੀ ਬਾਰੇ। 1996 ਤੋਂ ਤੁਹਾਡਾ ਉਹ ਮਿਸ਼ਨ ਜਦ ਸੀਗਾ, ਜਦ ਤੁਸੀਂ ਇਸ ਲੈਂਡ ਆਫ ਓਪਰਚੁਨਿਟੀ ਆਏ ਸੀਗੇ, ਤੁਸੀਂ ਵੇਖਿਆ ਕਿ ਕਿਵੇਂ ਤੁਸੀਂ ਦੱਸਿਆ ਆਪਣੇ ਬਾਰੇ ਕਿ ਬਹੁਤ ਦਿੱਕਤਾਂ ਆਉਂਦੀਆਂ ਸੀਗੀਆਂ ਲੋਕਾਂ ਨੂੰ ਆਪਣੇ ਘਰ ਲੈਣ ਦੇ ਲਈ, ਲੋਨ ਦੇ ਲਈ। ਸੋ ਆਈ ਥਿੰਕ ਦਿਸ ਇਜ਼, ਆਈ ਕੈਨ ਸੇ ਦਿਸ ਇਜ਼ ਦੀ ਫਸਟ ਦੇਸੀ ਪੰਜਾਬੀ ਕੰਪਨੀ ਹੂ ਇਜ਼ ਇਨ ਟੂ ਮੋਰਟਗੇਜ ਬਿਜ਼ਨਸ ਇਨ ਨਿਊਯਾਰਕ। ਯੈਸ, ਬਿਲਕੁਲ, ਐਬਸੋਲੂਟਲੀ ਜੀ। ਅਸੀਂ ਜਦੋਂ ਪਹਿਲੇ ਅਸੀਂ ਮੈਂਸ਼ਨ ਕੀਤਾ ਸੀ ਬਿਜ਼ਨਸ ਵੀਕ ਦੇ ਵਿੱਚ ਕਿ ਬਈ ਇਸ ਮੈਂ ਕੰਪਨੀ ਅਸੀਂ ਮੋਰਗੇਜ ਕੰਪਨੀ ਕਿੱਥੋਂ ਸ਼ੁਰੂ ਹੋਈ, ਕਿਉਂ ਸ਼ੁਰੂ ਹੋਈ। ਉਸ ਤੋਂ ਪਹਿਲੇ 88 ਅਤੇ 89 ਤੋਂ ਅਸੀਂ, ਮੈਂ ਰੀਅਲ ਇਸਟੇਟ ਬ੍ਰੋਕਰ ਰਿਹਾ, ਅਤੇ ਜਦੋਂ ਵੀ ਅਸੀਂ ਉਸ ਵੇਲੇ ਬਹੁਤ ਘੱਟ ਮੋਰਗੇਜ ਕੰਪਨੀਆਂ ਆਉਂਦੀਆਂ ਸੀਗੀਆਂ, ਬਹੁਤ ਹੈਂਡਫੁੱਲ ਕੰਪਨੀਆਂ ਸੀਗੀਆਂ ਕਿ ਜਿਹਨਾਂ ਕੋਲ ਅਸੀਂ ਜਾ ਕੇ ਚੋਇਸਿਸ ਸੀਗੀਆਂ ਕਿ ਲੋਨ ਕਰਾ ਸਕੀਏ। ਕਈ ਵਾਰ ਸਾਡੇ ਕੋਲ ਬਾਇਰ ਆਏ ਜੀ, ਅਸੀਂ ਘਰ ਸਾਨੂੰ ਪਸੰਦ ਆ ਗਿਆ, ਅਸੀਂ ਘਰ ਵੇਖ ਲਿਆ ਅਤੇ ਘਰ ਦੇਖਣ, ਚਲੋ ਘਰ ਦੇਖਿਆ, ਲੈ ਲਿਆ। ਬਾਅਦ 'ਚੋਂ ਕਈ ਵਾਰ ਦਿੱਕਤ ਆਈ, ਮੋਰਗੇਜ ਨਹੀਂ ਹੋਈ, ਮਿਸਗਾਈਡਡ ਇਨਫੋਰਮੇਸ਼ਨ ਹੁੰਦੀ ਸੀ ਥੋੜ੍ਹੀ ਜਿਹੀ ਕਿ ਵੀ ਅਸੀਂ ਡਿਪੈਂਡ ਕਰਦੇ ਸੀ ਜਿਹੜੇ ਮੋਰਗੇਜ ਕੰਪਨੀਆਂ ਆਲਰੇਡੀ ਮਾਰਕੀਟ ਸੀਗੀਆਂ। ਅਤੇ ਬਾਕੀ 94-95 ਤੱਕ ਥੋੜ੍ਹਾ ਜਿਹਾ ਮਨ ਰਿਲਾਈਜ਼ ਹੋਣਾ ਸ਼ੁਰੂ ਹੋਇਆ ਕਿ ਵੀ ਇਹ ਜਿਹੜਾ ਨਾ ਕੰਮ ਕਿ ਅਸੀਂ ਡਿਪੈਂਡੈਂਟ ਹੈਗੇ ਹਾਂ, ਆਪਣੀ ਕਮਿਊਨਿਟੀ ਡਿਪੈਂਡੈਂਟ ਹੈ, ਥੋੜ੍ਹੀ ਜਿਹੀ ਲਿਮਿਟਡ ਜਿਹੀ ਮੋਰਗੇਜ ਕੰਪਨੀਆਂ ਨੇ, ਸਾਨੂੰ ਉਹਨਾਂ ਕੋਲ ਜਾਣਾ ਪੈਂਦਾ ਵੇ, ਉਹਨਾਂ ਦੇ ਜੋ ਸਾਨੂੰ ਕਹਿੰਦੇ ਨੇ ਅਸੀਂ ਸੁਣਦੇ ਹਾਂ। ਅਤੇ ਅਸੀਂ 95 ਦੇ ਵਿੱਚ ਮੈਂ ਡਿਸਾਈਡ ਕੀਤਾ ਕਿ ਵੀ ਮੈਂ ਡੈਫੀਨੇਟਲੀ ਇਹ ਟਰਾਈ ਕਰਾਂ ਕਿ ਅਸੀਂ ਮੋਰਗੇਜ ਬ੍ਰੋਕਰ ਲਾਇਸੈਂਸ ਲੈਣ ਦਾ। 95 'ਚ ਸਾਨੂੰ ਲਾਇਸੈਂਸ ਮਿਲ ਗਿਆ, 95 'ਚ ਲਾਇਸੈਂਸ ਮੈਂ ਆਪਣੇ ਨਾਂ 'ਤੇ ਲਿਆ। ਉਸ ਤੋਂ ਅਸੀਂ ਕੰਪਨੀ ਸ਼ੁਰੂ ਕੀਤੀ, ਸਾਨੂੰ ਪਹਿਲੇ ਸਾਲ ਹੀ ਸਾਨੂੰ ਕਮਿਊਨਿਟੀ ਦੀ ਇੰਨੀ ਕੁ ਜ਼ਿਆਦਾ ਸਪੋਰਟ ਮਿਲੀ, ਕਮਿਊਨਿਟੀ ਨੂੰ ਥੋੜ੍ਹਾ ਫਾਇਦਾ ਹੋਇਆ ਕਿ ਵੀ ਆਪਣੀ ਲੈਂਗੁਏਜ ਅਸੀਂ ਗੱਲ ਕਰਕੇ ਖੁੱਲ੍ਹ ਕਰਕੇ ਅਸੀਂ ਲੋਨ ਨੂੰ ਅਸੀਂ ਕਰਾਉਣ ਸਕਦੇ। ਅਤੇ 96 'ਚ ਅਸੀਂ ਕੰਪਨੀ ਨੂੰ ਪ੍ਰੋਪਰ ਫਾਰਮੇਸ਼ਨ ਦੇ ਕੇ ਉਹਨੂੰ ਕੰਪਨੀ ਓਮਨੀ ਮੋਰਗੇਜ ਸ਼ੁਰੂ ਕੀਤੀ। ਅਤੇ ਓਮਨੀ ਮੋਰਗੇਜ ਤੋਂ ਅਸੀਂ ਉਸ ਤੋਂ ਬਾਅਦ ਅਸੀਂ ਪ੍ਰੋਸੈਸ ਜਿਹੜਾ 96 ਤੋਂ ਚੱਲਦਾ ਆਇਆ ਆਪਣੀ ਕਮਿਊਨਿਟੀ ਦੇ ਨਾਲ ਕਿ ਬਈ ਆਪਣੀ ਕਮਿਊਨਿਟੀ ਨੂੰ ਜਿਹੜੀ ਦਿੱਕਤਾਂ ਆਉਂਦੀਆਂ ਸੀ ਉਹਨਾਂ ਦਿਨਾਂ ਵਿੱਚ, ਉਹ ਦਿੱਕਤਾਂ ਜਿਹੜੀਆਂ ਸਲੋਲੀ ਸਲੋਲੀ ਅਸੀਂ ਉਹਨਾਂ ਨੂੰ ਠੀਕ ਕੀਤੀਆਂ, ਦੂਰ ਕੀਤੀਆਂ, ਐਜੂਕੇਟ ਕੀਤਾ ਕਿ ਵੀ ਲੋਨ ਕਿਵੇਂ ਮਿਲ ਸਕਦਾ ਵੇ, ਕਿ ਤੁਸੀਂ ਕਿਵੇਂ ਲੋਨ ਲੈਣਾ, ਪਹਿਲੇ ਲੋਨ ਪ੍ਰੀ ਅਪਰੂਵਲ ਕਰਾਉਣਾ ਹੈ। ਪ੍ਰੋਪਰ ਗਾਈਡੈਂਸ ਦੇ ਨਾਲ ਅਸੀਂ ਪ੍ਰੋਸੈਸ ਸ਼ੁਰੂ ਕੀਤਾ, ਉਹਦੇ ਨਾਲ ਕਾਫੀ ਜ਼ਿਆਦਾ ਚੇਂਜ ਆਇਆ ਮੋਰਗੇਜ ਬਿਜ਼ਨਸ ਵਿੱਚ, ਸਾਡੀ ਕਮਿਊਨਿਟੀ ਦੇ ਵਿੱਚ। ਅਤੇ ਉਹ ਚੇਂਜ ਅੱਜ ਆਈ ਥਿੰਕ ਇੰਨਾ ਕੁ ਹੁਣ ਆ ਚੁੱਕਿਆ ਕਿ 2020 ਹੋ ਗਿਆ ਅਤੇ ਅੱਜ ਕੋਈ ਵੀ ਮੋਰਗੇਜ ਕਰਾਉਣਾ ਚਾਹੁੰਦਾ ਹੈ, ਨੋਟ ਓਨਲੀ ਪੰਜਾਬੀ ਕਮਿਊਨਿਟੀ, ਆਈ ਥਿੰਕ ਐਵਰੀ ਕਮਿਊਨਿਟੀ, ਦੇ ਵਾਂਟ ਟੂ ਗੈਟ ਸਰਵਿਸਿਜ਼ ਫਰੋਮ ਓਮਨੀ ਮੋਰਗੇਜ। ਸੋ ਆਈ ਵੁੱਡ ਲਵ ਟੂ ਨੋ ਵਟਸ ਇਨ ਯੂਰ ਮਾਇੰਡ, ਯੂ ਨੋ ਨਾਓ, ਬਿਕੋਜ਼ ਨਾਓ ਟ੍ਰੈਂਡ ਇਜ਼ ਗੈਟਿੰਗ ਚੇਂਜ ਇਨ ਟਰਮਸ ਆਫ ਗੈਟਿੰਗ ਹੋਮ, ਫਸਟ ਟਾਈਮ ਹੋਮ ਬਾਇਰਸ ਆਰ ਕਮਿੰਗ ਇਨ ਟੂ ਇਨ, ਦੇ ਆਰ ਲੁਕਿੰਗ ਫੋਰ ਦੇਅਰ ਬਿਊਟੀਫੁਲ ਹਾਊਸਿਸ। ਸੋ ਬਟ ਐਂਡ ਆਫ ਦਾ ਡੇ ਆਲ ਦਾ ਯੰਗਸਟਰਸ ਦੇ ਡੋਂਟ ਹੈਵ ਨੌਲੇਜ ਅਬਾਊਟ ਕ੍ਰੈਡਿਟਸ ਐਂਡ ਆਲ। ਸੋ ਪ੍ਰੀ ਅਪਰੂਵਲ ਆਈ ਥਿੰਕ ਇਟਸ ਅ ਮੇਨ ਟੋਪਿਕ ਜਿਹੜੀ ਅੱਜ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਜਿਹਦੇ ਉੱਤੇ, ਉਹ ਕੀ ਹੈਗਾ ਜੀ? ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਪ੍ਰੀ ਅਪਰੂਵਲ ਨਾਲ ਆਪਾਂ ਕਿਵੇਂ ਆਪਣੇ ਸੁਪਨਿਆਂ ਦਾ ਘਰ ਲੈ ਸਕਦੇ ਹਾਂ। ਇਹ ਜੀ ਅਸੀਂ ਇੱਕ ਬਹੁਤ ਹੀ ਜਿਹੜਾ ਅਹਿਮੀਅਤ ਟੋਪਿਕ ਜਿਹੜਾ ਹੈ ਕਿ ਅਸੀਂ ਬਹੁਤ ਜ਼ਿਆਦਾ ਐਮਫਸਾਈਜ਼ ਕਰਦੇ ਹਾਂ ਆਪਣੇ ਬਿਜ਼ਨਸ ਪ੍ਰੈਕਟਿਸ ਦੇ ਵਿੱਚ ਕਿ ਬਈ ਤੁਸੀਂ ਹਰ ਅਮੈਰੀਕਨ ਡਰੀਮ ਨੂੰ ਅਕੰਪਲਿਸ਼ ਕਰਨ ਦਾ, ਹਰ ਇਨਸਾਨ ਦਾ ਇੱਕ ਡਰੀਮ ਹੁੰਦਾ ਅਮੈਰੀਕਾ 'ਚ ਮੇਰਾ ਘਰ ਹੋਏ, ਕਿ ਮੇਰਾ ਘਰ ਬਣਿਆ, ਘਰ ਦੇ ਵਿੱਚ ਪਹਿਲੇ ਰੈਂਟ ਕੀਤਾ, ਆ ਕੇ ਸਟਰਗਲ ਕਰਕੇ, ਫਿਰ ਉਸ ਤੋਂ ਬਾਅਦ ਪੈਸੇ ਜੋੜੇ, ਫਿਰ ਅਸੀਂ ਘਰ ਦਾ ਸੁਪਨਾ ਲਿਆ, ਘਰ ਲਿੱਤਾ, ਫੈਮਿਲੀ ਇੰਜੋਏ ਕਰਦੀਆਂ ਨੇ। ਅਤੇ ਮਗਰ ਉਹਦੇ 'ਚ ਕੀ ਹੁੰਦਾ ਕਿ ਇੱਕ ਸਟੈਪ ਜਿਹੜਾ ਸੀ ਬੜਾ ਬੜਾ ਮਿਸ ਸਟੈਪ ਸੀਗਾ ਪਹਿਲੇ, ਕਿ ਬਈ ਪਹਿਲੇ ਇਹ ਕਿ ਡਿਸਾਈਡ ਕਰਨਾ ਕਿ ਅਸੀਂ ਘਰ ਲੈਣਾ ਅਤੇ ਅਸੀਂ ਪਹਿਲੇ ਕੀ ਸਟੈਪ ਚੁੱਕੀਏ। ਫਸਟ ਸਟੈਪ ਹੁੰਦਾ ਕਿ ਤੁਸੀਂ ਆਪਣਾ ਸਾਨੂੰ ਕਾਲ ਕਰੋ ਓਮਨੀ ਮੋਰਗੇਜ ਨੂੰ, ਕਿ ਅਸੀਂ ਪਹਿਲੇ ਤੁਹਾਨੂੰ ਬੈਠ ਕੇ ਤੁਹਾਡਾ ਡਿਸਕਸ ਕਰਕੇ ਤੁਹਾਡਾ ਕ੍ਰੈਡਿਟ ਚੈੱਕ ਕਰਕੇ ਕਿ ਬਈ ਤੁਸੀਂ ਕਿੰਨਾ ਕੁ ਤੁਹਾਨੂੰ ਲੋਨ ਮਿਲ ਸਕਦਾ ਔਰ ਕਿਸ ਕੰਡੀਸ਼ਨ 'ਚ, ਕਿਸ ਸਿਸਟਮ ਦੇ ਨਾਲ ਅਸੀਂ ਤੁਹਾਡਾ ਲੋਨ ਅਸੀਂ ਅਪਰੂਵ ਕਰਾ ਸਕਦੇ ਹਾਂ। ਕਿਉਂਕਿ ਹਰ ਲੋਨ ਹਰ ਇੱਕ ਕਲਾਇੰਟ ਡਿਫਰੈਂਟ ਹੁੰਦਾ ਵੇ, ਇਹ ਸਭ ਦੀ ਸੇਮ ਸਿਚੁਏਸ਼ਨ ਨਹੀਂ ਹੁੰਦੀ। ਕਿਸੇ ਦੀ ਸਿਚੁਏਸ਼ਨ ਹੈ, ਕਿਸੇ ਕੋਲ ਵੀਜ਼ਾ ਨਹੀਂ ਹੈ, ਅਸਾਈਲਮ ਵੀਜ਼ਾ ਵੇ, ਕਿਸੇ ਕੋਲ ਗ੍ਰੀਨ ਕਾਰਡ ਹੈ, ਸਿਟੀਜ਼ਨ ਹੈ, ਕਿਸੇ ਕੋਲ ਜੋਬ ਹੈ, ਕੋਈ ਜੋਬ 2 ਸਾਲ ਦੀ ਹੈ, ਕਿਸੇ ਕੋਲ 6 ਮਹੀਨੇ ਦੀ ਹੈ,
ਅਤੇ ਐਵਰੀ ਸਿਚੁਏਸ਼ਨ ਇਜ਼ ਡਿਫਰੈਂਟ। ਸਾਡੇ ਕੋਲ ਦੋ ਫਾਈਲਾਂ ਸੇਮ ਬਹੁਤ ਘੱਟ ਆਉਂਦੀਆਂ ਨੇ, ਹਰ ਫਾਈਲ ਸਿਚੁਏਸ਼ਨ ਡਿਫਰੈਂਟ ਹੁੰਦੀ, ਕਿਸੇ ਕੋਲ ਪੈਸੇ ਬੈਂਕ 'ਚ ਨੇ, ਕਿਸੇ ਦੇ ਪੈਸੇ ਬੈਂਕ 'ਚ ਨਹੀਂ ਨੇ, ਅਤੇ ਉਸ ਕਰਕੇ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਅਸੀਂ ਪਹਿਲੇ ਉਹਨਾਂ ਨੂੰ ਅਸੀਂ ਬੈਠ ਕੇ ਤੁਹਾਡੇ ਨਾਲ ਉਹਨੂੰ ਅਸੀਂ ਠੀਕ ਕਰਾਂਗੇ, ਕਿ ਉਹਨੂੰ ਅਸੀਂ ਕੋਸ਼ਿਸ਼ ਕਰਕੇ ਉਹਨੂੰ ਕਲੀਅਰ ਕਰਕੇ ਤੁਹਾਨੂੰ ਪਹਿਲੇ ਪ੍ਰੀ ਅਪਰੂਵਲ ਲੈ ਕੇ ਦੇਈਏ। ਪ੍ਰੀ ਅਪਰੂਵਲ ਇੱਕ ਬਹੁਤ ਹੀ ਇੰਪੋਰਟੈਂਟ ਹੈ। ਤੁਸੀਂ ਜਦੋਂ ਘਰ ਦੇ ਬਾਰੇ ਸੋਚਣਾ, ਪਹਿਲਾਂ ਇੱਕ ਕਦਮ ਚੁੱਕਣਾ ਹੈ ਕਿ ਤੁਸੀਂ ਓਮਨੀ ਮੋਰਗੇਜ ਨੂੰ ਕਾਲ ਕਰੋ ਜਾਂ ਸਾਨੂੰ ਜਾਂ ਕਿਸੇ ਮੋਰਗੇਜ ਕੰਪਨੀ ਨੂੰ, ਕਿ ਪਹਿਲੇ ਕੋਈ ਸਾਨੂੰ ਤੁਹਾਨੂੰ ਪ੍ਰੀ ਅਪਰੂਵਲ ਦਾ ਇੱਕ ਲੈਟਰ ਦਿਓ, ਥੋਰਲੀ ਚੈੱਕ ਕਰਕੇ, ਕ੍ਰੈਡਿਟ ਚੈੱਕ ਕਰਕੇ, ਸਾਰਾ ਕੁਝ ਚੈੱਕ ਕਰਕੇ ਵੀ ਸਾਨੂੰ ਕਿੰਨਾ ਲੋਨ ਮਿਲ ਸਕਦਾ, ਕਿ ਅਸੀਂ ਵਨ ਫੈਮਿਲੀ ਲੈਣਾ ਜਾਂ ਟੂ ਫੈਮਿਲੀ ਲੈਣਾ। ਉਹ ਪ੍ਰੀ ਅਪਰੂਵਲ ਤੋਂ ਬਿਨਾਂ ਸਟੈਪ ਨਾ ਚੁੱਕੋ, ਕਿ ਕਈ ਵਾਰ ਹੁੰਦਾ ਪ੍ਰੀ ਅਪਰੂਵਲ ਤੁਸੀਂ ਕਰਾਈ ਨਹੀਂ, ਘਰ ਵੇਖਣ ਗਏ ਫੈਮਿਲੀ ਨਾਲ, ਘਰ ਪਸੰਦ ਆ ਗਿਆ, ਜਦੋਂ ਘਰ ਪਸੰਦ ਆਇਆ ਤੁਸੀਂ ਕੰਟਰੈਕਟ ਸਾਈਨ ਕਰਨ ਗਏ, ਉੱਥੇ ਕਿਸੇ ਸੈਲਰ ਨੇ ਕਿਹਾ ਜੀ ਤੁਸੀਂ ਦੱਸੋ ਤੁਹਾਡਾ ਲੋਨ ਹੋ ਜਾਏਗਾ, ਇਨ ਦਾ ਮੀਨ ਟਾਈਮ ਤੁਹਾਡਾ ਜਿਹੜਾ ਘਰ ਜਿਹੜਾ ਵੇ ਤੁਹਾਡੇ ਦਿਲ 'ਚ ਵੱਸ ਚੁੱਕਾ ਹੁੰਦਾ ਵੇ, ਅਤੇ ਜਦੋਂ ਬਾਅਦ 'ਚ ਪਤਾ ਲੱਗਿਆ ਵੀ ਤੁਹਾਡਾ ਲੋਨ ਨਹੀਂ ਹੋ ਸਕਦਾ ਇਸ ਘਰ ਵਾਸਤੇ, ਤਾਂ ਬਹੁਤ ਹੀ ਜ਼ਿਆਦਾ ਡਿਸਅਪੁਆਇੰਟਮੈਂਟ ਹੁੰਦੀਆਂ ਨੇ। ਫਰਦਰ ਘਰ ਵੇਖਣਾ ਡਿਫੀਕਲਟ ਹੋ ਜਾਂਦਾ, ਕਿ ਤੁਸੀਂ ਜਦੋਂ ਵੀ ਨੈਕਸਟ ਘਰ ਵੇਖਣ ਜਾਓਗੇ ਤੁਸੀਂ ਉਸ ਪਹਿਲੇ ਘਰ ਨਾਲ ਕੰਪੇਅਰ ਕਰੋਗੇ, ਕਿ ਬਈ ਉਹ ਘਰ ਬੜਾ ਵਧੀਆ ਸੀ, ਉੱਥੇ 5 ਬੈਡਰੂਮ ਸੀਗੇ, 4 ਬੈਡਰੂਮ ਸੀਗੇ, ਯਾਰਡ ਵੱਡਾ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ 'ਚ ਜਿਹੜੀਆਂ ਫਿਰ ਥੋੜ੍ਹੀਆਂ ਬਾਦਰ ਕਰਦੀਆਂ ਨੇ। ਉਸ ਵਾਸਤੇ ਕਿ ਪਹਿਲੇ ਸਟੈਪ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਪ੍ਰੀ ਅਪਰੂਵਲ ਕਰਾਓ। ਅਸੀਂ ਜਿਹੜੀ ਪ੍ਰੀ ਅਪਰੂਵਲ ਕਰਦੇ ਹਾਂ ਉਹਦੀ ਕੋਈ ਕੋਸਟ ਨਹੀਂ ਹੈ, ਕੋਈ ਆਬਲੀਗੇਸ਼ਨ ਨਹੀਂ ਹੈ। ਤੁਸੀਂ ਪ੍ਰੀ ਅਪਰੂਵਲ ਕਰਾਓ ਸਾਡੇ ਕੋਲੋਂ, ਸਾਡੇ ਕੋਲ ਆਫਿਸ 'ਚ ਆਓ, ਬੈਠੋ ਸਾਡੇ ਨਾਲ। ਉਸ ਤੋਂ ਬਾਵਜੂਦ ਅਗਰ ਤੁਸੀਂ ਨਹੀਂ ਸੈਟਿਸਫਾਈਡ, ਲੋਨ ਤੁਸੀਂ ਕਿਸੇ ਕੋਲ ਬਾਹਰੋਂ ਕਰਾਓ, ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ, ਕੋਈ ਉਹਦੀ ਫੀ ਨਹੀਂ ਹੈ, ਕੋਈ ਸਟ੍ਰਿੰਗਸ ਅਟੈਚ ਨਹੀਂ ਨੇ ਕਿ ਤੁਸੀਂ ਅੱਜ ਤੋਂ ਸਾਡੇ ਕੋਲ ਹੀ ਲੋਨ ਕਰਾਉਣਾ ਵੇ, ਮਗਰ ਇਹ 99% ਹੈ ਕਿ ਤੁਸੀਂ ਸਾਡੇ ਕੋਲੋਂ ਹੀ ਲੋਨ ਕਰਾਓਗੇ, ਕਿਉਂਕਿ ਅਸੀਂ ਬਿਲਕੁਲ ਕ੍ਰਿਸਟਲ ਕਲੀਅਰ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਅਸੀਂ ਸਮਝਾਵਾਂਗੇ, ਤੁਹਾਨੂੰ ਕੋਈ ਛੁਪਾ ਨਹੀਂ ਹੈ। ਬਿਲਕੁਲ, ਔਰ ਬਹੁਤ ਜ਼ਰੂਰੀ ਹੋ ਜਾਂਦਾ ਹਰਮਨ ਜੀ ਕਿ ਸਾਡੀ ਕਮਿਊਨਿਟੀ ਲਈ, ਕਿਉਂਕਿ ਜਿੱਥੇ ਤੁਸੀਂ ਇਹਨਾਂ ਨੂੰ ਐਡੂਕੇਟ ਕਰ ਰਹੇ ਹੋ, ਦੱਸ ਰਹੇ ਹੋ ਕਿ ਇਹ ਤੁਹਾਨੂੰ ਫੋਰਮੈਲਿਟੀਜ਼ ਕਰਨੀਆਂ ਹੁੰਦੀਆਂ। ਕਈ ਸਾਰੀ ਮੋਰਗੇਜ ਕੰਪਨੀਜ਼ ਹੁੰਦੀਆਂ ਜਿਹਦੇ ਵਿੱਚ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਜਦੋਂ ਜਾਂਦੇ ਆ ਤਾਂ ਉਹਨਾਂ ਨੂੰ ਨਹੀਂ ਪਤਾ ਚੱਲਦਾ, ਬਿਕੋਜ਼ ਕਦੀ ਕਦਾਰ ਸਾਡੀ ਕਮਿਊਨਿਟੀ ਦੇ ਵਿੱਚ ਲੈਂਗੁਏਜ ਬੈਰੀਅਰ ਹੈਗਾ। ਬਟ ਵਟ ਆਈ ਹੈਵ ਸੀਨ ਇਨ ਯੋਰ ਆਫਿਸ, ਯੂ ਹੈਵ ਅ ਡਿਫਰੈਂਟ ਡਿਫਰੈਂਟ ਯੂ ਨੋ ਇੰਪਲੋਈਜ਼ ਵਰਕਿੰਗ ਇਨ ਯੋਰ ਟੀਮ, ਦੇ ਹੈਵ ਅ ਯੂ ਨੋ ਡਿਫਰੈਂਟ ਡਿਫਰੈਂਟ ਲੈਂਗੁਏਜਿਸ ਦੀ ਡਾਇਵਰਸਿਟੀ ਤੁਹਾਡੇ ਆਫਿਸ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਵੈਨ ਆਈ ਟਾਕ ਅਬਾਊਟ ਪੰਜਾਬੀ, ਯੂ ਹੈਵ ਪੰਜਾਬੀ ਇੰਪਲੋਈਜ਼, ਯੂ ਨੋ ਦੋਜ਼ ਯੂ ਕੈਨ ਸਪੀਕ ਹਿੰਦੀ, ਗੁਜਰਾਤੀ। ਸੋ ਆਈ ਥਿੰਕ ਵਿਸ਼ਵ ਦੇ ਵਿੱਚ ਜਿੱਥੇ ਵੀ ਇਹ ਲੋਕ ਆਪਣਾ ਸ਼ੋਅ ਵੇਖ ਰਹੇ ਨੇ ਔਰ ਉਹਨਾਂ ਨੇ ਘਰ ਆਪਣਾ ਲੈਣਾ ਹੈ ਨਿਊਯਾਰਕ ਦੇ ਵਿੱਚ, ਸੋ ਓਮਨੀ ਮੋਰਗੇਜ ਦੀ ਸਪੈਸ਼ਲਿਟੀ ਹੈਗੀ ਹੈ ਪ੍ਰੀ ਅਪਰੂਵਲ ਦੀ, ਅਤੇ ਇਹਨਾਂ ਦੇ ਕੋਲ ਕਾਫੀ ਸਾਰੇ ਬੈਂਕ ਵੀ ਨਾਲ ਅਟੈਚ ਨੇ, ਜੋ ਕਿ ਤੁਹਾਡੀ ਫਾਈਲ ਨੂੰ ਦੇਖ ਕੇ, ਜਿਹੜੀ ਕ੍ਰੈਡਿਟ ਦੀ ਹਿਸਟਰੀ ਵੇਖ ਕੇ ਤੁਹਾਨੂੰ ਲੋਨਸ ਅਪਰੂਵ ਹੁੰਦੇ ਹਨ। ਅਤੇ ਕਹਿਣ ਦਾ ਭਾਵ ਹੈ ਕਿ ਜੋ ਵੀ ਹਰਮਨ ਜੀ ਦੇ ਕੋਲ ਇੱਕ ਵਾਰੀ ਆ ਜਾਂਦਾ ਅਤੇ ਫਿਰ ਉਹ ਕਿੱਥੇ ਵੀ ਨਹੀਂ ਜਾਂਦਾ, ਉਹਨੂੰ ਕੁਝ ਨਾ ਕੁਝ ਇਹ ਜ਼ਰੂਰ ਕਰਾ ਕੇ ਦਿੰਦੇ ਹਨ। ਮੈਂ ਨਹੀਂ, ਕਾਫੀ ਸਾਰੇ ਇਹਨਾਂ ਦੇ ਜਿਹੜੇ ਕਲਾਇੰਟਸ ਨੇ ਉਹ ਬਕਾਇਦਾ ਖੁਦ ਇਸ ਗੱਲ ਨੂੰ ਦੱਸਦੇ ਹਨ। ਔਰ 96 ਦੇ ਵਿੱਚ ਜਦ ਇਹਨਾਂ ਨੇ ਆਪਣੇ ਜ਼ਹਿਨ ਦੇ ਵਿੱਚ ਇਸ ਗੱਲ ਨੂੰ ਸੋਚਿਆ ਸੀਗਾ ਕਿ ਆਈ ਵਾਂਟ ਟੂ ਡੂ ਸਮਥਿੰਗ ਫੋਰ ਦੀ ਕਮਿਊਨਿਟੀ, ਆਈ ਥਿੰਕ ਨਾਓ ਹੀ ਇਜ਼ ਗਿਵਿੰਗ ਬੈਕ ਟੂ ਦੀ ਕਮਿਊਨਿਟੀ ਆਫਟਰ 25 ਈਅਰਸ। ਯੂ ਨੋ ਇਟਸ ਅ ਲੋਂਗ ਐਕਸਪੀਰੀਅੰਸ, ਔਰ ਮੋਰਗੇਜ ਦੀ ਨੌਲੇਜ ਔਰ ਮੋਰਗੇਜ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਆਪਣੇ ਕ੍ਰੈਡਿਟਸ ਨੂੰ ਵੀ ਵਧੀਆ ਕਰ ਸਕਦੇ ਹੋ, ਜਾਂ ਫਿਰ ਤੁਹਾਡੀ ਜਿਹੜੀ ਹਿਸਟਰੀ ਹੈ ਉਹ ਕੀ ਹੈਗੀ ਹੈ, ਉਹ ਸਾਰੀ ਨੌਲੇਜ ਇੱਥੇ ਐਕਸਪਰਟੀਜ਼ ਹੈਗੀ ਹੈ। ਜਿਨ੍ਹਾਂ ਨੇ ਦੱਸਿਆ ਕਿ ਫ੍ਰੀ ਤੁਹਾਨੂੰ ਜਿਹੜੀ ਹੈ ਕੰਸਲਟੇਸ਼ਨ ਦਿੱਤੀ ਜਾਂਦੀ ਹੈ, ਰਿਚਮੰਡ ਹਿੱਲ ਵਿਖੇ ਇਹਨਾਂ ਦਾ ਆਫਿਸ ਹੈ, ਜੇ ਤੁਸੀਂ ਕੁਈਨਸ ਰਹਿੰਦੇ ਹੋ ਲੋਂਗ ਆਇਲੈਂਡ ਦੇ ਵਿੱਚ ਇਹਨਾਂ ਦਾ ਆਫਿਸ ਹੈ, ਜੇ ਤੁਸੀਂ ਲੋਂਗ ਆਇਲੈਂਡ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਨਿਊਯਾਰਕ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋ, ਜੇਕਰ ਤੁਸੀਂ ਆਪਣਾ ਪ੍ਰੀ ਅਪਰੂਵਲ ਜਾਂ ਫਿਰ ਆਪਣੇ ਸੁਪਨਿਆਂ ਦਾ ਘਰ ਢੂੰਡਣ ਲਈ ਸੋਚ ਰਹੇ ਹੋ, ਤਾਂ ਫਿਰ ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰੋ, ਜਿਹੜਾ ਨੰਬਰ SMTV ਸਕਰੀਨ ਦੇ ਉੱਤੇ ਚੱਲ ਰਿਹਾ, ਜਾਂ ਫਿਰ ਇਸ ਈਮੇਲ ID ਦੇ ਉੱਤੇ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਈਮੇਲ ਕਰ ਸਕਦੇ ਹੋ ਤੁਸੀਂ ਹਰਮਨ ਸਿੰਘ ਹੋਰਾਂ ਨੂੰ, ਅਤੇ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪ੍ਰੀ ਅਪਰੂਵਲ ਦੇ ਵਿੱਚ ਜਿਵੇਂ ਹੁਣ ਸਾਡੇ ਫੋਰ ਇਗਜ਼ਾਮਪਲ, ਜਿਵੇਂ ਤੁਸੀਂ ਦੱਸਿਆ ਕਿ ਜਿਨ੍ਹਾਂ ਦੇ ਕੋਲ ਵੀਜ਼ਾ ਦੀਆਂ ਸਮੱਸਿਆਵਾਂ ਹਨ, ਕਈਆਂ ਦੇ ਕੋਲ ਗ੍ਰੀਨ ਕਾਰਡ ਹੈ, ਕਈਆਂ ਦੇ ਕੋਲ ਵੀਜ਼ਾ ਨਹੀਂ ਹੈ, ਪੇਪਰ ਵਰਕ ਜਿਹੜਾ ਹੁੰਦਾ ਐਂਡ ਆਫ ਦਾ ਡੇ, ਉਹ ਕਿਹੜੇ ਪੇਪਰ ਵਰਕ ਹੋਣੇ ਚਾਹੀਦੇ ਹੈ ਫੋਰ ਦਾ ਪ੍ਰੀ ਅਪਰੂਵਲ? ਬੇਸਿਕਲੀ ਹੁੰਦਾ ਕਿ ਪਹਿਲੇ ਕਾਫੀ ਟਾਈਮ ਤੋਂ ਦਿੱਕਤ ਆਉਂਦੀ ਸੀ, ਅਗਰ ਤੁਹਾਡੇ ਕੋਲ ਪਹਿਲੇ ਤਾਂ ਅੱਜ ਤੋਂ 10 ਸਾਲ ਪਹਿਲੇ ਤਾਂ ਲੋਨ ਹੋ ਜਾਂਦੇ ਸੀ, ਬੜੇ ਈਜ਼ੀ ਹੁੰਦੇ ਸੀ, ਕਾਫੀ ਆਪਸ਼ਨ ਸੀਗੀਆਂ। ਹੁਣ ਥੋੜ੍ਹੀ ਆਪਸ਼ਨ ਨੇ ਕਿ ਤੁਸੀਂ ਰੈਜੀਡੈਂਟ ਹੋਣੇ ਚਾਹੀਦੇ ਹੋ, ਲੀਗਲ ਹੋਣੇ ਚਾਹੀਦੇ ਹੋ, ਮਗਰ ਰੀਸੈਂਟਲੀ ਚੇਂਜਿਸ ਆਏ ਮਾਰਕੀਟ ਦੇ ਵਿੱਚ ਕਿ ਗਵਰਨਮੈਂਟ ਨੇ ਕਿਹਾ ਵੀ ਜਿਹਨਾਂ ਕੋਲ ਪੋਲੀਟੀਕਲ ਅਸਾਈਲਮ ਕੇਸਿਸ ਜਿਹੜੇ ਪੈਂਡਿੰਗ ਨੇ, ਵਰਕ ਆਥੋਰਾਈਜੇਸ਼ਨ ਹੈ, ਉਹਨੂੰ ਵੀ ਲੋਨ ਤੁਸੀਂ ਕਰਵਾ ਸਕਦੇ ਹੋ। ਬਿਗ ਬੈਂਕ ਜਿਹੜੇ ਨੇ ਉਹ ਨਹੀਂ ਕਰਦੇ ਅਸਾਈਲਮ ਕੇਸਿਸ ਉੱਤੇ, ਮਗਰ ਸਾਡੇ ਕੋਲ ਕਾਫੀ ਬੈਂਕ ਨੇ ਜਿਹਨਾਂ ਨਾਲ ਅਸੀਂ ਅਸਾਈਲਮ ਦੇ ਕੇਸ ਅਸੀਂ ਲੋਨ ਅਪਰੂਵ ਕਰਵਾਉਂਦੇ ਹੈਗੇ, ਅਤੇ ਇਹ ਬੜਾ ਕਾਮਨ ਹੈ ਅਸਾਈਲਮ ਜਿਹੜਾ ਵੇ, ਸਿਰਫ ਸਾਡੀ ਕਮਿਊਨਿਟੀ ਨਹੀਂ ਹੈ, ਅਸੀਂ ਬੜੀ ਕਮਿਊਨਿਟੀਆਂ ਨਾਲ ਕੰਮ ਕਰਦੇ ਹਾਂ, ਆਪਣੇ ਸਾਡੇ ਕੋਲ ਪਾਕਿਸਤਾਨੀ ਕਮਿਊਨਿਟੀ ਹੈ, ਬੰਗਾਲੀ ਕਮਿਊਨਿਟੀ ਹੈ, ਨੇਪਾਲੀ ਕਮਿਊਨਿਟੀ ਹੈ, ਕਰੇਬੀਅਨ ਕਮਿਊਨਿਟੀ
ਤੇ ਉਹ ਇਹ ਵੇ ਕਿ ਵੀ ਜਦੋਂ ਹੁਣ ਤੁਸੀਂ ਵੀਜ਼ਾ ਦਾ ਜਦੋਂ ਕੁਐਸਚਨ ਆ ਜਾਂਦਾ, ਅਗਰ ਤੁਹਾਡੇ ਕੋਲ ਵਰਕ ਆਥੋਰਾਈਜੇਸ਼ਨ ਹੈ ਤਾਂ ਅਸੀਂ ਕੋਈ ਨਾ ਕੋਈ ਸਲਿਊਸ਼ਨ ਤੁਹਾਡੇ ਵਾਸਤੇ ਉਹਦਾ ਮੋਰਗੇਜ ਦਾ ਤੁਹਾਡੇ ਵਾਸਤੇ ਲੱਭ ਲਵਾਂਗੇ। ਵੈਲਿਡ ਹੋਣਾ ਚਾਹੀਦਾ ਵੀ ਅਗਰ ਤੁਹਾਡਾ ਵਰਕ ਆਥੋਰਾਈਜੇਸ਼ਨ ਐਕਸਪਾਇਰ ਹੋ ਗਿਆ ਹੈ ਅਤੇ ਰਿਨਿਊਅਲ ਦੀ ਵੇਟ ਕਰ ਰਹੇ ਹੋ, ਉਹਦੀ ਅਸੀਂ ਵੇਟਿੰਗ ਪੀਰੀਅਡ ਜਿਹੜਾ ਵੀ 2-3 ਮਹੀਨੇ ਲੱਗਦੇ ਨੇ, ਅਸੀਂ ਇਨ ਬਿਟਵੀਨ ਤੁਹਾਨੂੰ ਕਰ ਤੁਸੀਂ ਦੇਖ ਲਓ, ਅਤੇ ਜਦ ਤੱਕ ਮੋਰਗੇਜ ਹੋਏਗੀ ਕਲੋਜਿੰਗ ਤੋਂ ਪਹਿਲੇ ਤੁਹਾਡਾ ਵਰਕ ਆਥੋਰਾਈਜੇਸ਼ਨ ਜਿਹੜਾ ਰਿਨਿਊ ਹੋ ਕੇ ਵਾਪਸ ਆਉਣਾ ਚਾਹੀਦਾ। ਆਈ ਥਿੰਕ ਦੈਟਸ ਅ ਵੈਰੀ ਗੁੱਡ ਥਿੰਗ। ਅਤੇ ਆਪਾਂ ਮੋਰਗੇਜ ਨਾਲ ਸੰਬੰਧਿਤ ਕਈ ਸਾਰੇ ਹੋਰ ਵੀ ਸਵਾਲ ਹਨ, ਉਹਨਾਂ ਦੇ ਉੱਤੇ ਵੀ ਜਵਾਬ ਅਸੀਂ ਹਰਮਨ ਸਿੰਘ ਹੋਰਾਂ ਤੋਂ ਲਵਾਂਗੇ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਰੱਖਾਂਗੇ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਜਾਰੀ। ਹਰਮਨ ਸਿੰਘ ਹੋਰਾਂ ਨਾਲ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਲੋ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ। ਹਰਮਨ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਹੈ ਓਮਨੀ ਮੋਰਗੇਜ, ਔਰ ਤੁਹਾਡੇ ਮੋਰਗੇਜ ਸੇਵਾਵਾਂ ਹੁਣ ਤੁਹਾਡੇ ਡੋਰ ਸਟੈਪ 'ਤੇ ਪਹੁੰਚਣਗੀਆਂ, ਔਰ ਡੋਰ ਸਟੈਪ ਦੇ ਨਾਲ ਨਾਲ ਤੁਹਾਡੇ ਟੀਵੀ ਸੈੱਟ ਦੇ ਉੱਤੇ ਵੀ ਪਹੁੰਚਣਗੀਆਂ, ਕਿਉਂਕਿ ਹਰਮਨ ਸਿੰਘ ਹੁਣ ਮਹੀਨੇ 'ਚ 2 ਵਾਰੀ ਆਇਆ ਕਰਨਗੇ, ਤੁਹਾਨੂੰ ਦੱਸਿਆ ਕਰਨਗੇ ਕਿ ਬਈ ਕਿਵੇਂ ਤੁਸੀਂ ਆਪਣਾ ਲੋਨ ਕਰਾ ਸਕਦੇ ਹੋ, ਪ੍ਰੀ ਅਪਰੂਵਲ ਕਿਵੇਂ ਹੋ ਸਕਦਾ, ਪ੍ਰੀ ਅਪਰੂਵਲ ਦੀ ਕੀ ਕ੍ਰਾਈਟੇਰੀਆ ਹੁੰਦਾ, ਕਿੰਨੀ ਡਾਊਨ ਪੇਮੈਂਟ ਦੇਣੀ ਪੈਂਦੀ ਹੈ, ਕਿਵੇਂ ਫਾਈਲ ਤਿਆਰ ਹੁੰਦੀ ਹੈ। ਸੋ ਕਾਫੀ ਸਾਰੇ ਸਵਾਲ ਨੇ, ਔਰ ਬੇਸਿਕਲੀ ਕ੍ਰਾਈਟੇਰੀਆ ਦੇ ਨਾਲ ਨਾਲ ਤੁਸੀਂ ਕਿੰਨੀ ਫੀਸ ਭਰਦੇ ਹੋ, ਤੁਹਾਡਾ ਕਿੰਨਾ ਲੋਨ ਤੁਹਾਨੂੰ ਚਾਹੀਦਾ, ਕਿੰਨਾ ਲੋਨ ਤੁਹਾਡਾ ਹੋ ਸਕਦਾ, ਤੁਹਾਡਾ ਪੇਪਰ ਵਰਕ ਜਿਹੜਾ ਸਾਰਾ ਤਿਆਰ ਕੀਤਾ ਜਾਂਦਾ ਉਹ ਰਿਚਮੰਡ ਹਿੱਲ ਵਿਖੇ ਓਮਨੀ ਮੋਰਗੇਜ ਲੈਫਟਸ ਬੋਲੇ ਵਾਰਡ ਉੱਤੇ ਤੁਸੀਂ ਪਹੁੰਚ ਜਾਓ, ਅਤੇ ਤੁਹਾਡੀਆਂ ਹਰ ਸੇਵਾਵਾਂ ਦਾ ਧਿਆਨ ਰੱਖਿਆ ਜਾਏਗਾ। ਜਿਹੜਾ ਟੀ ਵੀ ਸਕਰੀਨ ਦੇ ਉੱਤੇ ਐਡਰੈਸ ਤੁਸੀਂ ਵੇਖ ਪਾ ਰਹੇ ਹੋ, ਜਿਹੜਾ ਨੰਬਰ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ, ਹੁਣੇ ਹਰਮਨ ਸਿੰਘ ਹੋਰਾਂ ਨੂੰ ਕਾਲ ਕਰੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ, ਔਰ ਅਪੁਆਇੰਟਮੈਂਟ ਜਿਹੜੀ ਹੈਗੀ ਹੈ ਬਿਲਕੁਲ ਫ੍ਰੀ ਹੈ, ਤੁਹਾਨੂੰ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਮੋਰਗੇਜ ਦੀ ਦਿੱਤੀਆਂ ਜਾਂਦੀਆਂ। ਅੱਜ ਅਸੀਂ ਜਿਹੜਾ ਟੋਪਿਕ ਚੁਣਿਆ ਹੋਇਆ ਜੀ, ਪ੍ਰੀ ਅਪਰੂਵਲ। ਸੋ ਹਰਮਨ ਜੀ, ਟੈਲ ਮੀ ਮੋਰ ਅਬਾਊਟ ਪ੍ਰੀ ਅਪਰੂਵਲ, ਕਿ ਕਿੰਨੀ ਡਾਊਨ ਪੇਮੈਂਟ ਹੁੰਦੀ ਹੈ, ਕੀ ਕ੍ਰਾਈਟੇਰੀਆ, ਕੀ ਫੀਸ ਹੁੰਦੀ ਹੈ, ਕੀ ਪੇਪਰ ਵਰਕ ਕਰਨਾ ਪੈਂਦਾ ਉਹਦੇ ਲਈ ਸਾਰਾ? ਪ੍ਰੀ ਅਪਰੂਵਲ ਬੇਸਿਕਲੀ ਹੈ ਜੀ, ਪ੍ਰੀ ਅਪਰੂਵਲ ਅਸੀਂ ਫਸਟ ਸਟੈਪ ਹੁੰਦਾ ਕਿ ਤੁਹਾਡਾ ਅਸੀਂ ਤੁਸੀਂ ਅਗਰ ਸਾਡੇ ਆਫਿਸ ਜਦੋਂ ਆਓਗੇ ਅਤੇ ਤੁਸੀਂ ਕ੍ਰੈਡਿਟ ਆਥੋਰਾਈਜੇਸ਼ਨ ਸਾਈਨ ਕਰੋਗੇ ਵੀ ਅਸੀਂ ਤੁਹਾਡਾ ਕ੍ਰੈਡਿਟ ਚੈੱਕ ਕਰ ਸਕੀਏ। ਅਸੀਂ ਇੰਸਟੈਂਟਲੀ ਕ੍ਰੈਡਿਟ ਸਾਡੇ ਕੋਲ ਫੈਸਿਲਿਟੀ ਹੈਗੀ ਹੈ ਕਿ ਅਸੀਂ ਤੁਹਾਡਾ ਕ੍ਰੈਡਿਟ ਰਾਈਟ ਵੇ ਚੈੱਕ ਕਰ ਲੈਂਦੇ ਹਾਂ। ਕ੍ਰੈਡਿਟ ਚੈੱਕ ਕਰਕੇ ਸਾਨੂੰ ਇੱਕ ਪਿਕਚਰ ਕਲੀਅਰ ਹੋ ਜਾਂਦੀ ਹੈ ਕਿ ਤੁਹਾਡਾ ਕ੍ਰੈਡਿਟ ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਹੁੰਦਾ ਕਿ ਵੀ ਤੁਸੀਂ ਇਨਕਮ ਜਿਹੜੀ ਤੁਸੀਂ ਕਿੰਨੀ ਸ਼ੋਅ ਕਰਦੇ ਹੋ। ਕਈ ਪ੍ਰੋਗਰਾਮ ਨੇ ਜਿਨ੍ਹਾਂ ਵਿੱਚ ਇਨਕਮ ਰਿਕੁਆਇਰਡ ਹੁੰਦੀ ਹੈ, ਕਈ ਪ੍ਰੋਗਰਾਮ ਨੇ ਜਿਨ੍ਹਾਂ 'ਚ ਕਾਫੀ ਸਾਡੇ ਭਾਈ ਬ੍ਰਦਰ ਹੈਗੇ ਨੇ ਜਿਹੜੇ ਜਿਨ੍ਹਾਂ ਨੇ ਟੈਕਸ ਰਿਟਰਨ ਕਈ ਵਾਰ ਨਹੀਂ ਫਾਈਲ ਕਰਦੇ ਕਿਉਂਕਿ ਬਿਜ਼ੀ ਹੋ ਗਏ, ਸਾਲ ਸਕਿਪ ਕਰ ਗਿਆ April 15 ਅਤੇ ਟੈਕਸ ਰਿਟਰਨ ਫਾਈਲ ਨਹੀਂ ਕੀਤੀ, ਅਤੇ ਸਾਡੇ ਕੋਲ ਨੋ ਟੈਕਸ ਰਿਟਰਨ ਲੋਨਸ ਵੀ ਹੈਗੇ ਨੇ, ਉਹਨਾਂ ਵਾਸਤੇ ਹੁੰਦਾ ਕਿ ਡਾਊਨ ਪੇਮੈਂਟ ਥੋੜ੍ਹੀ ਜ਼ਿਆਦਾ ਚਾਹੀਦੀ ਹੁੰਦੀ ਹੈ। ਜਿਹੜੇ ਇਨਕਮ ਚੈੱਕ ਨੇ ਜਿਨ੍ਹਾਂ ਦੀ ਇਨਕਮ 'ਤੇ ਅਸੀਂ ਵੈਰੀਫਾਈ ਕਰਦੇ ਹਾਂ, ਜਿਹਦੇ ਵਾਸਤੇ ਸਾਨੂੰ ਟੈਕਸ ਰਿਟਰਨ ਚਾਹੀਦੀਆਂ 2 ਸਾਲ ਦੀਆਂ, ਪੇ ਸਟਬ ਚਾਹੀਦੀ ਹੈ ਤੁਹਾਡੀ ਰੀਸੈਂਟ 2 ਪੇ ਸਟਬ ਅਤੇ W2 ਚਾਹੀਦੇ ਨੇ ਲਾਸਟ 2 ਸਾਲ ਦੇ, ਉਹ ਵੇ ਉਹ ਪ੍ਰੋਗਰਾਮ ਜਿਹੜੇ ਨੇ ਉਹਦੇ ਵਿੱਚ ਡਾਊਨ ਪੇਮੈਂਟ ਜਿਹੜੀ ਆਲਮੋਸਟ ਤੁਹਾਡੀ ਮਤਲਬ ਮਿਨੀਮਮ 3% ਜਾਂ 5% ਡਾਊਨ ਨਾਲ ਤੁਹਾਨੂੰ ਘਰ ਮਿਲ ਜਾਂਦਾ। ਕਈ ਵਾਰ ਇਹ ਵੀ ਹੁੰਦਾ ਕਿ ਵੀ ਇੰਨੇ ਘੱਟ ਪੈਸੇ ਨਾਲ ਘਰ ਮਿਲੇਗਾ, ਕਈ ਵਾਰ ਅਸੀਂ ਪ੍ਰੋਗਰਾਮ 'ਚ ਅਸੀਂ ਟਿਪਸ ਕਵਰ ਕੀਤੀਆਂ ਹੋਈਆਂ ਸੀ ਪਹਿਲੇ ਕਿ ਵੀ ਕਿੰਨੇ ਕੁ ਪੈਸੇ ਚਾਹੀਦੇ ਨੇ ਮਿਨੀਮਮ, ਜਿਵੇਂ ਸਾਨੂੰ ਅੱਜ ਹੀ ਕਾਲ ਆਈ ਕਿ ਸਾਡੇ ਕੋਲ ਜੀ $50,000 ਤਾਂ ਅਸੀਂ 8 ਲੱਖ ਦਾ ਕਰ ਲੈਣਾ, ਪੋਸੀਬਲ ਹੈ? ਯੈਸ, ਪੋਸੀਬਲ ਹੈਗਾ ਬਿਲਕੁਲ। ਅਸੀਂ ਉਹਨਾਂ ਦਾ ਪੂਰਾ ਸਟਰਕਚਰ ਕੀਤਾ, ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਡਾਕੂਮੈਂਟ ਲੈ ਕੇ ਆਓ, ਅਸੀਂ ਕ੍ਰੈਡਿਟ ਚੈੱਕ ਕੀਤਾ, ਹੁਣ ਉਹ ਫਰਦਰ ਡਾਕੂਮੈਂਟ ਇਕੱਠੇ ਕਰ ਰਹੇ ਨੇ, ਨੈਕਸਟ ਵੀਕ ਆਉਣਗੇ। ਅਤੇ ਮਨੀ ਜਿਹੜੀ ਹੈ ਇਸ ਬੇਸਡ ਔਨ ਕਿਸ ਪ੍ਰੋਗਰਾਮ 'ਚ ਤੁਸੀਂ ਜਾ ਰਹੇ ਹੋ। ਅਗਰ ਤੁਹਾਡੇ ਕੋਲ ਪੈਸੇ ਘੱਟ ਨੇ, ਸਟਿਲ ਪ੍ਰੀ ਅਪਰੂਵਲ ਵਾਸਤੇ ਇਹ ਨਾ ਸੋਚੋ ਕਿ ਨਹੀਂ ਮਿਲੇਗੀ, ਪ੍ਰੀ ਅਪਰੂਵਲ ਮਿਲ ਸਕਦੀ ਹੈ ਬੇਸਡ ਔਨ ਦ ਕ੍ਰਾਈਟੀਰੀਆ ਕਿ ਤੁਸੀਂ ਇਨਕਮ ਸਿਚੁਏਸ਼ਨ ਕੀ ਹੈ, ਕ੍ਰੈਡਿਟ ਸਿਚੁਏਸ਼ਨ ਕੀ ਹੈ। ਮਨ ਪਹਿਲਾਂ ਆਉਂਦਾ ਕ੍ਰੈਡਿਟ, ਫਿਰ ਇਨਕਮ ਅਤੇ ਫਿਰ ਪੈਸਾ। ਅਗਰ ਕ੍ਰੈਡਿਟ ਠੀਕ ਹੈ, ਇਨਕਮ ਅੱਛੀ ਹੈ, ਅਤੇ ਪੈਸੇ ਦੀ ਮਿਨੀਮਮ ਰਿਕੁਆਇਰਮੈਂਟ ਹੋਏਗੀ। ਅਤੇ ਅਗਰ ਤੁਸੀਂ ਟੈਕਸ ਰਿਟਰਨ ਨਹੀਂ ਫਾਈਲ ਕੀਤੀ, ਕ੍ਰੈਡਿਟ ਅੱਛਾ ਵੇ, ਅਤੇ ਉਹਦੇ ਵਾਸਤੇ ਡਾਊਨ ਪੇਮੈਂਟ ਤੁਹਾਡੀ ਬੈਂਕ, ਕਿਉਂਕਿ ਬੈਂਕ ਨੂੰ ਤੁਹਾਡੀ ਇਨਕਮ ਨਹੀਂ ਇਸਟੈਬਲਿਸ਼ ਹੋਈ ਕਿ ਟੈਕਸ ਰਿਟਰਨ ਤੁਸੀਂ ਨਹੀਂ ਫਾਈਲ ਕੀਤੀ, ਉਹਦੀ ਪ੍ਰੀ ਅਪਰੂਵਲ ਵਾਸਤੇ ਤੁਹਾਨੂੰ ਡਾਊਨ ਪੇਮੈਂਟ ਜ਼ਿਆਦਾ ਦੇਣੀ ਪਏਗੀ। ਉਹ 20% ਤੋਂ ਲੈ ਕੇ 25-30-35 ਜਿੰਨੇ ਡਿਪੈਂਡ ਕਰਦਾ ਹੈ, ਉਹ ਵੀ ਸੇਮ ਹੁੰਦਾ ਕ੍ਰਾਈਟੀਰੀਆ 'ਤੇ। ਅਤੇ ਇਸ ਕਰਕੇ ਅਸੀਂ ਇਨਕਰੇਜ ਕਰਦੇ ਹਾਂ ਕਿ ਤੁਸੀਂ ਸਾਨੂੰ ਇੱਕ ਵਾਰੀ ਜ਼ਰੂਰ ਮਿਲੋ, ਪ੍ਰੀ ਅਪਰੂਵਲ ਸਾਡੇ ਕੋਲ ਕਰਾਓ। ਪ੍ਰੀ ਅਪਰੂਵਲ ਦਾ ਪ੍ਰੋਸੈਸ ਅਸੀਂ ਬੜਾ ਸਿੰਪਲੀਫਾਈਡ ਹੈ, ਜ਼ਿਆਦਾ ਕੰਪਲੀਕੇਟਡ ਨਹੀਂ ਹੈਗਾ। ਇਹਦੇ ਵੇ ਕਿ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਸਪੈਂਡ ਕਰਨਾ ਪਏਗਾ, ਮਗਰ ਉਹ ਟਾਈਮ ਜਿਹੜਾ ਤੁਹਾਡੇ ਐਬਸੋਲੂਟਲੀ ਤੁਹਾਡਾ ਵਰਥ ਹੋਏਗਾ, ਤੁਹਾਡੀਆਂ ਬੜੀਆਂ ਹੈਡਕ ਸੇਵ ਕਰਦਾ। ਕਿੰਨਾ ਕੁ ਟਾਈਮ ਲੱਗ ਜਾਂਦਾ ਹੋਏਗਾ ਪ੍ਰੀ ਅਪਰੂਵਲ ਵਾਸਤੇ? ਸਾਨੂੰ ਮਤਲਬ ਅਗਰ ਥੋੜ੍ਹੇ ਜਿਹੇ ਪੇਪਰ ਅਗਰ ਲੈਟ ਸੇ 2-3 ਫੈਮਿਲੀ ਮੈਂਬਰ ਲੈ ਰਹੇ ਨੇ ਤਾਂ ਸਾਨੂੰ 1 ਦਿਨ ਲੱਗ ਜਾਂਦਾ ਹੈ। ਅਸੀਂ ਅੱਜ ਕ੍ਰੈਡਿਟ ਰਿਪੋਰਟ ਰਨ ਕਰਾਂਗੇ, ਅਸੀਂ ਇਨਕਮ ਕੈਲਕੂਲੇਸ਼ਨ ਕਰਕੇ ਅਸੀਂ ਬੈਂਕ ਨੂੰ ਅੰਡਰਰਾਈਟਰ ਨੂੰ ਭੇਜਾਂਗੇ, ਅਤੇ ਉਹ ਅੰਡਰਰਾਈਟਰ ਸਾਨੂੰ ਫਿਰ ਓਕੇ ਕਰਦੀ ਹੈ ਵੀ ਇਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਇਹ ਕੁਆਲੀਫਿਕੇਸ਼ਨ ਇਹਨਾਂ ਨੂੰ ਮਿਲ ਸਕਦੀ ਹੈ। ਅਤੇ ਉਹਦੇ ਵਾਸਤੇ ਟਾਈਮ ਹੁੰਦਾ। ਕਈ ਹੁੰਦਾ ਕਿ ਅਗਰ ਸਿੰਪਲੀਫਾਈਡ ਹੈ, ਅਗਰ ਸਿੰਪਲ ਜੋਬ ਹੈ, ਕੋਈ ਉਹ ਨਹੀਂ ਹੈ, ਕੋਈ ਸੈਲਫ ਇੰਪਲਾਇਮੈਂਟ ਇਨਕਮ ਨਹੀਂ ਹੈਗੀ ਹੈ, ਕੋਈ ਬਿਜ਼ਨਸ ਇਨਕਮ ਨਹੀਂ ਹੈ, ਉਹ ਈਜ਼ੀ ਨੇ, ਉਹਨਾਂ ਨੂੰ ਵਿਦਇਨ 2-3 ਆਵਰਸ ਦੇ ਵਿੱਚ ਸਾਨੂੰ ਕਲੀਅਰ ਹੋ ਜਾਂਦਾ।
ਉਹ ਸਾਰਾ ਸਿਚੁਏਸ਼ਨ ਜਿਹੜੀ ਉਹ ਬਾਅਦ 'ਚ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ, ਉਹਦੇ ਵਿੱਚ ਇੱਕ ਐਂਗਰ ਵੀ ਇਕੱਠੀ ਹੋ ਜਾਂਦੀ ਕਿਉਂਕਿ ਤੁਸੀਂ ਕਰ ਲਿਆ ਕੰਟਰੈਕਟ ਸਾਈਨ ਕਰ ਲਿਆ, ਅਟਰਨੀ ਵੇਟ ਕਰ ਰਹੇ ਨੇ ਅਪਰੂਵਲ ਆਏਗੀ ਅਸੀਂ ਕਲੋਜ਼ਿੰਗ ਕਰਾਂਗੇ, ਸੈਲਰ ਵੇਟ ਕਰ ਰਿਹਾ, ਰਿਐਲਟਰ ਜਿਹਨੇ ਘਰ ਵਿੱਚ ਵੇਟ ਕਰ ਰਿਹਾ, ਅਤੇ ਪਤਾ ਲੱਗਿਆ ਕਿ ਤੁਹਾਡੇ ਕ੍ਰੈਡੈਂਸ਼ੀਅਲ ਜਿਹੜੇ ਨੇ ਪ੍ਰੋਪਰਲੀ ਕਿਸੇ ਨੇ ਪਹਿਲੇ ਚੈੱਕ ਨਹੀਂ ਕੀਤੇ ਅਤੇ ਲੋਨ ਦੇ ਵਿੱਚ ਡਿਲੇ ਹੋ ਗਏ, ਹੁਣ ਤੁਹਾਨੂੰ ਪੈਸੇ ਥੋੜ੍ਹੇ ਹੋਰ ਚਾਹੀਦੇ ਨੇ, ਉਹ ਤੁਸੀਂ ਪੈਸੇ ਤੁਸੀਂ ਅਰੇਂਜ ਕਰਨ 'ਚ ਤੁਹਾਨੂੰ ਟਾਈਮ ਲੱਗ ਗਿਆ, ਤੁਹਾਡਾ ਕ੍ਰੈਡਿਟ ਸਕੋਰ ਘੱਟ ਹੈ, ਹੁਣ ਤਾਂ ਸਕੋਰ ਨੂੰ ਥੋੜ੍ਹਾ ਬਿਲਡਅਪ ਕਰਨਾ ਹੈ, ਸਕੋਰ ਬਿਲਡਅਪ ਹੋ ਸਕਦੇ ਨੇ, ਮਗਰ ਉਹ ਸਭ ਚੀਜ਼ਾਂ ਵਾਸਤੇ ਟਾਈਮ ਲੱਗਦਾ ਔਰ ਟਾਈਮ ਨਹੀਂ ਹੁੰਦਾ ਇੱਕ ਵਾਰੀ ਕੰਟਰੈਕਟ ਸਾਈਨ ਕਰਨ ਤੋਂ ਬਾਅਦ, ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਭ ਨੂੰ ਅਵੋਇਡ ਕਰਨ ਵਾਸਤੇ ਪਹਿਲੇ ਬੈਠੋ, ਕੋਈ ਮੈਂ ਜਿਵੇਂ ਅਸੀਂ ਮੈਂਸ਼ਨ ਕੀਤਾ ਕੋਈ ਤੁਹਾਨੂੰ ਚਾਰਜ ਨਹੀਂ ਹੈ, ਕੋਈ ਕੰਸਲਟੇਸ਼ਨ ਫੀ ਨਹੀਂ ਹੈ, ਕੋਈ ਆਬਲੀਗੇਸ਼ਨ ਨਹੀਂ ਹੈ, ਸਾਡੇ ਕੋਲ ਪ੍ਰੀ ਅਪਰੂਵਲ ਕਰਾਓ, ਉਸ ਤੋਂ ਬਾਅਦ ਤੁਸੀਂ ਬਾਹਰ ਵੀ ਕਿਸੇ ਕੋਲ ਲੋਨ ਕਰਾਉਣਾ ਇਟਸ ਨਾਟ ਅ ਪ੍ਰੋਬਲਮ, ਅਸੀਂ ਕਦੀ ਇਹ ਨਹੀਂ ਹੈ, ਮੈਂ ਉਹੀ ਗੱਲ ਕਿਹਾ ਕਿ 99% ਤੁਸੀਂ ਸਾਡੇ ਕੋਲ ਹੀ ਕਰਾਓਗੇ ਕਿਉਂਕਿ ਸਾਡੀ ਜਿਹੜੀ ਕਲੈਰਿਟੀ ਬੜੀ ਕਲੀਅਰ ਹੈ ਅਸੀਂ ਕਿ ਵੀ, ਅਤੇ ਇਸ ਕਰਕੇ ਕੋਈ ਰੀਜ਼ਨ ਨਹੀਂ ਹੁੰਦਾ, ਅਤੇ ਇਹ ਵੇ ਕਿ ਲੋਨ ਸਾਡੇ ਕੋਲ ਨਹੀਂ ਹੋਇਆ ਅਸੀਂ ਪ੍ਰੀ ਅਪਰੂਵਲ ਦੇਣ ਤੋਂ ਬਾਅਦ ਉਹ ਚਾਂਸਿਸ ਬਹੁਤ ਘੱਟ ਹੁੰਦੇ ਨੇ, ਅਤੇ ਉਹਨੂੰ ਅਵੋਇਡ ਕਰਨ ਵਾਸਤੇ ਕਿ ਵੀ ਕਿੰਨੇ ਪੈਸੇ ਚਾਹੀਦੇ ਨੇ, ਸਕੋਰ ਕਿੰਨਾ ਚਾਹੀਦਾ ਹੈ, ਇਨਕਮ ਕਿੰਨੀ ਚਾਹੀਦੀ ਹੈ, ਥੋੜ੍ਹਾ ਜਿਹਾ ਟਾਈਮ ਕੱਢੋ ਉਹਦੇ ਵਾਸਤੇ, ਤੁਹਾਡੇ ਲਈ ਬੈਟਰ ਹੈ ਕਿ ਜਿਹੜਾ ਘਰ ਪਸੰਦ ਆਏਗਾ ਉਹ ਘਰ ਤੁਸੀਂ ਫਾਈਨਲੀ ਉਹ ਤੁਹਾਡਾ ਹੋ ਜਾਏਗਾ। ਆਈ ਥਿੰਕ ਕੋਨਫੀਡੈਂਸ ਲੈਵਲ ਵੱਧ ਜਾਂਦਾ ਜੇ ਤੁਸੀਂ ਘਰ ਦੇਖਣ ਜਾਂਦੇ ਹੋ, ਫਿਰ ਤੁਸੀਂ ਅਗਰ $1,00,000 ਉੱਤੇ ਵੀ ਮਿਲ ਰਿਹਾ ਘਰ, ਤੁਹਾਡਾ ਕੋਨਫੀਡੈਂਸ ਲੈਵਲ ਵਧਿਆ ਹੋਇਆ ਕਿ ਦੈਟ ਯੂ ਕੈਨ ਬਾਏ ਦਿਸ ਹਾਊਸ ਆਰਾਮ ਨਾਲ, ਔਰ ਫਿਰ ਤੁਹਾਨੂੰ ਪਰੇਸ਼ਾਨੀ ਨਹੀਂ ਹੁੰਦੀ। ਕਈ ਵਾਰ ਮੈਂ ਇਹ ਵੀ ਦੇਖਿਆ ਕਿ ਪ੍ਰੀ ਅਪਰੂਵਲ ਨਹੀਂ ਹੁੰਦਾ, ਘਰ ਪਸੰਦ ਆ ਜਾਂਦਾ ਹੈ, ਫਿਰ ਉਹ ਬਾਅਦ 'ਚ ਪਰੇਸ਼ਾਨੀ ਹੁੰਦੀ ਹੈ ਕਿ ਜਿਹੜਾ ਘਰ ਪਸੰਦ ਕੀਤਾ ਹੁਣ ਉਹ ਲੈ ਨਹੀਂ ਸਕਦੇ ਕਿਉਂਕਿ ਇਹਨਾਂ ਲੋਨ ਨਹੀਂ ਹੋਇਆ। ਸੋ ਆਈ ਥਿੰਕ ਫਿਰ ਕੋਨਫੀਡੈਂਸ ਲੈਵਲ ਦੇ ਨਾਲ ਤੁਸੀਂ ਜਾ ਕੇ ਆਪਣੇ ਰਿਲੇਟਰ ਨਾਲ ਗੱਲ ਕਰ ਸਕਦੇ ਹੋ ਕਿ ਜੀ ਯਾਰ ਇਹ ਮੈਨੂੰ ਘਰ ਪਸੰਦ ਆਇਆ, ਮੇਰਾ ਇੰਨਾ ਲੋਨ ਹੋਇਆ ਹੋਇਆ, ਮੈਨੂੰ ਇੰਨੇ ਬਜਟ ਦੇ ਵਿੱਚ ਜਿਹੜਾ ਘਰ ਦਵਾਓ। ਆਈ ਥਿੰਕ ਬੜੇ ਸਾਰੇ ਕੇਸਿਸ ਹਰਮਨ ਜੀ ਹੋਏ ਹੋਣੇ ਐਵੇਂ, ਬਹੁਤ ਕੇਸਿਸ ਪਹਿਲੇ ਤਾਂ ਬਹੁਤ ਹੁੰਦੇ ਸੀ, ਅੱਜ ਤੋਂ ਕਾਫੀ ਟਾਈਮ ਪਹਿਲੇ, ਕਿ ਉਸ ਵੇਲੇ ਪ੍ਰੀ ਅਪਰੂਵਲ ਦਾ ਕਨਸੈਪਟ ਨਹੀਂ ਹੁੰਦਾ ਸੀਗਾ ਜੀ, ਅਤੇ ਇਸ ਕਰਕੇ ਵੀ ਘਰ ਦੇਖਿਆ, ਕਈ ਵਾਰ ਉਹਦਾ ਘਰ ਵੇਖ ਕੇ ਆ ਗਏ ਨਹੀਂ ਸਾਨੂੰ ਘਰ ਪਸੰਦ ਆ ਗਿਆ ਸਾਡੀ ਜੀ, ਅਸੀਂ ਪੇਪਰ ਵੀ ਸਾਈਨ ਕਰ ਚੁੱਕੇ ਹਾਂ, ਕੰਟਰੈਕਟ ਵੀ ਸਾਈਨ ਹੋ ਚੁੱਕਾ, ਸਾਡਾ ਲੋਨ ਕਰਾ ਦਿਓ। ਮਗਰ ਹੁਣ ਕੀ ਹੈ ਕਿ ਹੁਣ ਥੋੜ੍ਹਾ ਜਿਹਾ ਟ੍ਰੈਂਡ ਚੇਂਜ ਕੀਤਾ, ਅਸੀਂ ਵੀ ਇਨਕਰੇਜ ਕਰਦੇ ਹਾਂ ਕਿ ਤੁਸੀਂ ਪਲੀਜ਼ ਪਹਿਲੇ ਥੋੜ੍ਹਾ ਟਾਈਮ ਸਪੈਂਡ ਕਰੋ ਸਾਡੇ ਨਾਲ, ਬੈਠੋ, ਕੋਈ ਉਹੀ ਗੱਲ ਫਿਰ ਰਿਪੀਟ ਕਰ ਰਹੇ ਹਾਂ, ਅਸੀਂ ਕੋਈ ਆਬਲੀਗੇਸ਼ਨ ਨਹੀਂ ਹੈ, ਕੋਈ ਚਾਰਜ ਨਹੀਂ ਹੈ, ਅਤੇ ਅਗਰ ਅੱਧਾ ਘੰਟਾ ਸਪੈਂਡ ਕਰਨ ਨਾਲ ਅਗਰ ਤੁਹਾਡੀਆਂ ਹੈਡਏਕਸ ਦੂਰ ਹੁੰਦੀਆਂ ਨੇ ਤੇ ਇਟਸ ਵਰਥ ਇਟ ਟੂ ਸਪੈਂਡ ਹਾਫ ਐਨ ਆਵਰ ਵਿਦ ਅਸ। ਤੇ ਹੁਣ ਹੀ ਤੁਸੀਂ ਇਸ ਟੀਵੀ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲ ਰਿਹਾ ਹਰਮਨ ਸਿੰਘ ਹੋਰਾਂ ਨੂੰ ਕਾਲ ਕਰੋ, ਤੇ ਕਾਲ ਕਰਕੇ ਆਪਣੀ ਕੋਈ ਵੀ ਤੁਸੀਂ ਇਨਕੁਆਇਰੀ ਕਰਨਾ ਚਾਹੁੰਦੇ ਹੋ ਆਪਣੇ ਲੋਨ ਨਾਲ ਸੰਬੰਧਿਤ, ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਪਰ ਜ਼ਰੂਰੀ ਹੈਗਾ ਕਿ ਤੁਹਾਨੂੰ ਪ੍ਰੀ ਅਪਰੂਵਲ ਲੈਣਾ ਮਸਟ ਹੁੰਦਾ, ਕਿਉਂਕਿ ਜਦ ਤੁਸੀਂ ਆਪਣਾ ਡ੍ਰੀਮ ਹਾਊਸ ਲੈਣ ਜਾਂਦੇ ਹੋ ਤਾਂ ਤੁਹਾਡੇ ਕੋਲ ਇੱਕ ਹੱਥ ਦੇ ਵਿੱਚ ਪਹਿਲਾਂ ਹੀ ਉਹ ਸਭ ਤੋਂ ਵੱਡੀ ਮੈਂ ਕਹਾਂਗਾ ਕਿ ਬੈਕ ਸਪੋਰਟ ਹੁੰਦੀ ਹੈ ਕਿ ਤੁਸੀਂ ਆਪਣਾ ਘਰ ਜਿਹੜਾ ਆਰਾਮ ਨਾਲ ਖਰੀਦ ਸਕਦੇ ਹੋ। ਜ਼ਿਆਦਾ ਪੇਪਰ ਵਰਕ ਵੀ ਜਿਹੜੇ ਨੇ ਉਹ ਨਹੀਂ ਚਾਹੀਦੇ ਹਨ, ਕਿ ਜਿਵੇਂ ਹਰਮਨ ਸਿੰਘ ਹੋਰਾਂ ਨੇ ਦੱਸਿਆ ਥੋੜ੍ਹਾ ਜਿਹਾ ਟਾਈਮ ਚਾਹੀਦਾ, ਪੇਸ਼ੈਂਸ ਚਾਹੀਦੀ ਹੈ, ਲੇਕਿਨ ਫਿਰ ਤੁਸੀਂ ਆਰਾਮ ਨਾਲ ਜਾ ਕੇ ਆਪਣਾ ਸੁਪਨਿਆਂ ਦਾ ਘਰ ਖਰੀਦ ਸਕਦੇ ਹੋ। ਉਹਦੇ ਲਈ ਹੁਣੇ ਹੀ ਤੁਸੀਂ ਰਿਚਮੰਡ ਹਿੱਲ ਆਫਿਸ ਇਹਨਾਂ ਨਾਲ ਆਪਣੀ ਫ੍ਰੀ ਪਰਸਨਲ ਕੰਸਲਟੇਸ਼ਨ ਰੱਖੋ, ਹਰਮਨ ਸਿੰਘ ਹੋਰ ਨਾਲ ਅਪੁਆਇੰਟਮੈਂਟ ਫਿਕਸ ਕਰੋ। ਜੇ ਤੁਸੀਂ ਰਿਚਮੰਡ ਹਿੱਲ ਨਹੀਂ ਜਾ ਸਕਦੇ ਤਾਂ ਤੁਸੀਂ ਲੌਂਗ ਆਈਲੈਂਡ ਆ ਸਕਦੇ ਹੋ, ਜੇਕਰ ਤੁਸੀਂ ਲੌਂਗ ਆਈਲੈਂਡ ਦੇ ਵਿੱਚ ਆ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਇਹਨਾਂ ਦੇ ਦੋ ਆਫਿਸਿਸ ਨੇ, ਦੋਨੇ ਆਫਿਸਿਸ ਦਾ ਐਡਰੈਸ ਇਸ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ, ਇੱਥੇ ਐਂਡੀ ਸਿੰਘ ਨੇ ਅਤੇ ਉੱਥੇ ਹਰਮਨ ਸਿੰਘ ਨੇ, ਅਤੇ ਟੀਮ ਜਿਹੜੀ ਹੈਗੀ ਹੈ ਉਹ ਬਹੁਤ ਹੀ ਸੋਹਣੇ ਢੰਗ ਦੇ ਨਾਲ ਕੰਮ ਕਰ ਰਹੀ ਹੈ। 25 ਸਾਲਾਂ ਦਾ ਮੈਨੂੰ ਲੱਗਦਾ ਕਿ ਲਗਭਗ ਹੁਣ ਪੂਰਾ ਤਜੁਰਬਾ ਜਿਹੜਾ ਹੋ ਇਹਨਾਂ ਦੀ ਟੀਮ ਨੂੰ ਹੋ ਚੁੱਕਿਆ। 96 ਦੇ ਵਿੱਚ ਸ਼ੁਰੂਆਤ ਹੋਈ ਸੀਗੀ, 96 ਤੋਂ ਲੈ ਕੇ 2020 ਤੱਕ ਹਰਮਨ ਜੀ ਕਿੰਨੇ ਕੁ ਆਪਣੇ ਘਰ ਤੁਸੀਂ ਜਿਹੜੇ ਆ ਸੁਪਨਿਆਂ ਦੇ ਘਰ ਸਾਕਾਰ ਕਰਾਏ ਹੋਣੇ ਆ? ਮੈਂ ਕਾਊਂਟ ਨਹੀਂ ਕਰਦਾ ਜੀ, ਮਗਰ ਹਜ਼ਾਰਾਂ ਜੇ ਕਹਿ ਗਿਣਤੀ ਚ ਹੋਣਗੇ, ਅਤੇ ਅਗਰ ਤੁਸੀਂ ਡਾਲਰ ਅਮਾਊਂਟ ਨੂੰ ਇਕੱਠਾ ਕਰੋ ਤਾਂ ਹੋਰ $1,000,000,000 ਹੋ ਗਿਆ ਹੋਣਾ ਕਿ ਜਿੰਨਾ ਕੁ ਲੋਨ ਅਸੀਂ ਲੋਕਾਂ ਦੇ ਲਈ ਅਰੇਂਜ ਕਰਾਏ ਨੇ। ਅਤੇ ਇਹ ਅਸੀਂ ਬੜੇ ਅਸੀਂ ਪ੍ਰਾਊਡ ਤਾਂ ਹੈਗੇ ਹਾਂ ਅਸੀਂ ਆਪਣੀ ਕੰਪਨੀ ਵਾਸਤੇ, ਅਤੇ ਵੀ ਆਲਸੋ ਪ੍ਰਾਊਡ ਕਿ ਜੋ ਕਮਿਊਨਿਟੀ ਦੀ ਸਪੋਰਟ ਸਾਨੂੰ ਮਿਲੀ ਹੈ। ਇਹ ਬਿਨਾਂ ਕਮਿਊਨਿਟੀ ਦੀ ਸਪੋਰਟ ਦੇ ਅਕੰਪਲਿਸ਼ਮੈਂਟ ਨਹੀਂ ਹੋ ਸਕਦੀ। ਇੰਨੇ ਸਾਲ ਸਰਵਾਈਵ ਕਰਨਾ ਮੋਰਗੇ ਬਿਜ਼ਨਸ ਦੇ ਵਿੱਚ ਔਰ ਅੱਜ ਵੀ ਅੱਛਾ ਕਰਨਾ, ਇਹ ਸਾਰਾ ਕ੍ਰੈਡਿਟ ਜਿਹੜਾ ਸਾਡੇ ਜਿਹੜੇ ਕਲਾਇੰਟਸ ਜਿਹੜੇ ਸਾਡੇ ਕੋਲ ਆਉਂਦੇ ਨੇ, ਜਿਹੜੇ ਰੈਫਰਲ ਸਾਨੂੰ ਭੇਜਦੇ ਨੇ, ਸਾਡੇ 'ਤੇ ਟਰੱਸਟ ਕਰਦੇ ਨੇ, ਸਾਡੇ 'ਤੇ ਫੇਥ ਕਰਦੇ ਨੇ, ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈਗਾ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਤੁਸੀਂ ਹੁਣੇ ਹੀ ਫੋਨ ਕਰੋ, ਜਿਵੇਂ ਇਹ ਸੋਹਣਾ ਲੱਗ ਰਿਹਾ ਮੇਜ, ਅਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਓਮਨੀ ਮੋਰਗੇਜ, ਅਤੇ ਇਹਨਾਂ ਨੂੰ ਕਾਲ ਕਰਕੇ ਹੁਣੇ ਰਾਬਤਾ ਕਾਇਮ ਕਰੋ। ਹਰਮਨ ਸਿੰਘ ਤੁਹਾਡੀ ਕਾਲ ਦੀ ਵੇਟ ਕਰ ਰਹੇ ਨੇ, ਔਰ ਤੁਹਾਡੇ ਸੁਪਨਿਆਂ ਦਾ ਘਰ ਦਵਾਉਣ ਦੇ ਲਈ ਇਹ ਤੁਹਾਡੇ ਨਾਲ ਖੜ੍ਹੇ ਨੇ। ਮੇਰੇ ਨਾਲ ਬੈਠੇ ਨੇ ਪਰ ਤੁਹਾਡੇ ਨਾਲ ਖੜ੍ਹੇ ਨੇ, ਠੀਕ ਹੈ ਜੀ। ਹੁਣੇ ਕਾਲ ਕਰਕੇ ਰਾਬਤਾ ਕਾਇਮ ਕਰੋ। ਜਾਂਦੇ ਜਾਂਦੇ ਕੁਝ ਸੁਨੇਹਾ ਸਾਡੇ ਦਰਸ਼ਕਾਂ ਲਈ ਹਰਮਨ ਜੀ? ਇਹ ਜੀ ਅਸੀਂ ਸੁਨੇਹਾ ਹੈ ਵੀ ਕਿ ਅਸੀਂ ਜੋ ਜਿਵੇਂ ਅਸੀਂ ਬੋਲੇ ਹਾਂ ਅੱਜ ਕਿ ਵੀ ਪਹਿਲੇ ਤਾਂ ਅਸੀਂ ਬੜਾ ਹੀ ਕੋਰ ਬੜਾ
ਥੈਂਕਸ ਕਹਿ ਸਕੀ ਆਪਣੀ ਕਮਿਊਨਿਟੀ ਦਾ ਵੈਰੀ ਓਪਨਲੀ ਇੰਨੇ ਵੱਡੇ ਮੀਡੀਆ ਪਲੇਟਫਾਰਮ ਦੇ ਉੱਤੇ ਕਿ ਜੋ ਕਮਿਊਨਿਟੀ ਨੇ ਸਪੋਰਟ ਕੀਤਾ ਅਤੇ ਅੱਜ ਅਸੀਂ ਇੱਥੇ ਬੈਠੇ ਹਾਂ ਅਤੇ ਇਹਨਾਂ ਦੀ ਸਪੋਰਟ ਨਾਲ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਅਤੇ ਅਸੀਂ ਫਰਦਰ ਜਿਹੜਾ ਵੀ ਅਸੀਂ ਕੰਟੀਨਿਊ ਕਰਨਾ ਚਾਹੁੰਦੇ ਹਾਂ ਇਸ ਪ੍ਰੋਗਰਾਮ ਨੂੰ ਕਿ ਜਿਹਦੇ ਵਿੱਚ ਕੋਈ ਵੀ ਜਿਹੜੇ ਕੁਐਸਚਨ ਨੇ ਤੁਸੀਂ ਸਾਨੂੰ ਈਮੇਲ ਕਰੋ, ਤੁਹਾਡਾ ਆਨਸਰ ਮੈਂ ਡੈਫੀਨੇਟਲੀ ਐਡਰੈਸ ਕਰਾਂਗਾ ਨੈਕਸਟ ਪ੍ਰੋਗਰਾਮ ਦੇ ਵਿੱਚ। ਸਾਡੇ ਕੋਲ ਬਹੁਤ ਸਿਨੈਰੀਓ ਆਉਂਦੇ ਨੇ, ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਕਿ ਜਿਹੜੀ ਤੁਹਾਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਕਿ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਹੈ, ਔਰ ਬੜੀਆਂ ਕੰਫੀਡੈਂਸ਼ੀਅਲ ਹੁੰਦੀਆਂ ਨੇ, ਤੁਸੀਂ ਮੈਨੂੰ ਪਰਸਨਲੀ ਕਾਲ ਕਰ ਸਕਦੇ ਹੋ। ਕਾਫੀ ਫੈਮਿਲੀ ਇਸ਼ੂਜ਼ ਹੁੰਦੇ ਨੇ ਕਿ ਕਰ ਲੈਣਾ, ਇਹ ਸਿਚੁਏਸ਼ਨ ਹੈ, ਇਹ ਵੇ, ਬੜੇ ਇਸ਼ੂ ਹੁੰਦੇ ਨੇ, ਅਤੇ ਸਾਨੂੰ ਤੁਸੀਂ ਮੈਨੂੰ ਪਰਸਨਲੀ ਕਾਲ, ਮੇਰੇ ਲਈ ਮੈਸੇਜ ਚੜੋ, ਮੈਂ ਤੁਹਾਨੂੰ ਕਾਲ ਕਰਾਂਗਾ। ਅਤੇ ਐਨੀ ਟਾਈਮ ਫੀਲ ਫਰੀ, ਇਹਦੇ 'ਚ ਇੱਕ ਟੋਟਲ ਕੰਫੀਡੈਂਸ਼ੀਅਲ ਹੈ, ਟੋਟਲ ਟਰੱਸਟ ਹੈਗਾ ਵੇ, ਔਰ ਪੂਰਾ ਦਾ ਪੂਰਾ ਤੁਹਾਨੂੰ ਬਲੈਕ ਐਂਡ ਵਾਈਟ ਅਸੀਂ ਕ੍ਰਿਸਟਲ ਕਲੀਅਰ ਪਿਕਚਰ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕਿਵੇਂ ਤੁਹਾਡਾ ਲੋਨ ਕਰਾਂਗੇ। ਇਹਦੇ 'ਚ ਕੋਈ ਐਸੀ ਨਹੀਂ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਐਂਡੀ ਸਿੰਘ ਸਾਡੇ ਐਕਸਪਲ ਆਫਿਸ ਬੈਠਦੇ, ਉਹਨਾਂ ਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ। ਬਿਲਕੁਲ, ਅਤੇ ਹੁਣ ਹੀ ਮੋਰਗੇਜ ਨਾਲ ਸੰਬੰਧਿਤ ਕੋਈ ਵੀ ਸੇਵਾਵਾਂ ਲੈਣੀਆਂ ਹੋਣ ਤਾਂ ਜਿਵੇਂ ਦੱਸ ਰਹੇ ਕਿ ਓਮਨੀ ਮੋਰਗੇਜ ਨੂੰ ਕਾਲ ਕਰਕੇ ਰਾਬਤਾ ਕਾਇਮ ਕਰੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਨੈਕਸਟ ਐਪੀਸੋਡ ਦੇ ਵਿੱਚ ਨਵੇਂ ਟੋਪਿਕ ਦੇ ਨਾਲ ਆਵਾਂਗੇ, ਔਰ ਨਵੇਂ ਟੋਪਿਕ ਦੇ ਵਿੱਚ ਕੀ ਕੁਝ ਹੋਏਗਾ ਖਾਸ, ਔਰ ਕਿਵੇਂ ਤੁਸੀਂ ਤਿਆਰੀ ਕਰ ਸਕਦੇ ਹੋ ਆਪਣੇ ਘਰ ਲੈਣ ਦੀ, ਉਹ ਵੀ ਤੁਹਾਨੂੰ ਦੱਸਾਂਗੇ। ਫਿਲਹਾਲ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੇ ਨਾਲ ਮੌਜੂਦ ਹਰਮਨ ਸਿੰਘ ਹੋਰਾਂ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।